ਨਹੀਂ ਆ ਰਹੇ ਸੀਗੇ ਜੀ ਆਪਣੇ ਘਰੋਂ ਨਵੇਂ ਸ਼ਹਿਰ ਤੋਂ ਆਪਣੀ ਸਾਲੀ ਦੇ ਵਿੱਚ ਗਹਿਣੇ ਰੱਖਣ ਚੱਲਿਆ ਸੀਗਾ ਅਸੀਂ ਯਾਤਰਾ 'ਤੇ ਜਾਣਾ ਸੀਗਾ। ਤੁਸੀਂ ਕਿਹੜੇ ਕਿੱਥੋਂ? ਕਿਹੜੇ ਪਿੰਡ ਜਾ ਰਹੇ ਸੀ ਜੀ ਤੁਸੀਂ? ਗੜੀ। ਗੜੀ ਜਾ ਰਹੇ ਸੀ? ਉਹ ਕਿੰਨੇ ਜਾਣੇ ਸੀਗੇ? ਉਹ ਦੋ ਜਣੇ, ਇੱਕ ਤਕਰੀਬਨ 50 ਸਾਲ ਦਾ ਹੋਣਾ। ਆਪਣੇ ਘਰੋਂ ਨਵੇਂ ਸ਼ਹਿਰ ਤੋਂ ਆਪਣੀ ਸਾਲੀ ਦੇ ਵਿੱਚ ਗਹਿਣੇ ਰੱਖਣ ਚੱਲਿਆ ਸੀਗਾ ਅਸੀਂ ਯਾਤਰਾ 'ਤੇ ਜਾਣਾ ਸੀਗਾ। ਤੁਸੀਂ ਕਿਹੜੇ ਕਿੱਥੋਂ? ਨਵਾਂ ਸ਼ਹਿਰ ਤੁਹਾਡਾ ਕਿਹੜਾ ਐਡਰੈਸ? ਨਈਅਰ ਕਲੋਨੀ ਬੰਗਾ ਰੋਡ ਨਵਾਂ ਸ਼ਹਿਰ ਹੈ। ਤੁਸੀਂ ਜਾਣਾ ਕਿੱਥੇ ਸੀ? ਕਾਨੂਗਾ, ਗੜੀ ਕਾਨੂਗੋ। ਕਿੰਨੇ ਗਹਿਣੇ ਸੀ ਤੁਹਾਡੇ ਕੋਲ? ਸਾਡੇ ਕੋਲ ਗਹਿਣੇ ਕਾਫੀ ਸੀਗੇ ਜੀ। ਇੱਕ ਗਲੇ ਦੀ ਚੈਨੀ ਸੀਗੀ, ਦੋ ਗਜਰੇ ਸੀਗੇ, ਟੋਕਸ ਸੀਗੇ, ਲੋਕਟ ਸੀਗਾ, ਵਾਲੀਆਂ ਸੀਗੀਆਂ। ਜਿਹੜੀ ਇਹ ਘਟਨਾ ਵਾਪਰੀ ਹੈ, ਕਿਸ ਤਰ੍ਹਾਂ ਵਾਪਰੀ ਆ? ਜਿਹੜਾ ਤੁਹਾਡੇ ਕੋਲ ਜਿਹੜੇ ਚੋਰ ਸੀ ਜੇ ਲਟੇਰੇ ਸੀ, ਉਹ ਕਿੰਨੇ ਜਾਣੇ ਸੀਗੇ? ਕਾਹਦੇ 'ਤੇ ਆਏ ਸੀ? ਉਹ ਮੋਟਰਸਾਈਕਲ 'ਤੇ ਆਏ, 3 ਜਣੇ ਸੀਗੇ ਜੀ। ਇੱਕ 50 ਸਾਲ ਦਾ ਸੀਗਾ ਜੀ, ਇੱਕ 25-30 ਸਾਲ ਦਾ ਮੁੰਡਾ ਸੀਗਾ, ਇੱਕ ਕੁੜੀ ਸੀਗੀ ਨਾਲ ਉਹਨਾਂ ਦੇ ਜਵਾਨ। ਜਿਹੜੀਆਂ ਇਸ ਸਮੇਂ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ? ਨਹੀਂ, ਅਜੇ ਨਹੀਂ। ਕਿੰਨੇ ਕੁ ਲੱਖ ਦੇ ਗਹਿਣੇ ਸੀ ਜਿਹੜੇ ਤੁਹਾਡੇ, ਜਿਹੜੇ ਸਾਰੇ ਗਹਿਣੇ ਸੀਗੇ, ਕਿੰਨੇ ਕੁ ਲੱਖ ਦੇ ਟੋਟਲੀ ਬਣੇ? 3 ਲੱਖ ਦੇ ਹੋਣੇ ਜੀ। 3 ਕੁ ਜਿਹੜੇ ਗਹਿਣੇ ਤੁਸੀਂ ਉੱਥੇ ਕਿਉਂ ਰੱਖਣ ਜਾ ਰਹੇ ਸੀ? ਮੰਨ ਲਓ ਅਸੀਂ ਯਾਤਰਾ 'ਤੇ ਜਾਣਾ ਸੀਗਾ ਜੀ। ਕਿੱਥੇ ਯਾਤਰਾ? ਕਿਹੜੀ ਯਾਤਰਾ 'ਤੇ ਜਾਣਾ? ਹਜ਼ੂਰ ਸਾਹਿਬ। ਅੱਛਾ, ਅਤੇ ਤੁਸੀਂ ਇਸ ਸੰਬੰਧੀ ਜਿਹੜੀ ਘਟਨਾ ਵਾਪਰੀ ਆ, ਅਤੇ ਤੁਸੀਂ ਇੱਥੇ ਲਗੜੋਏ ਤੋਂ ਅੱਗੇ ਆਏ ਸੀ? ਹਾਂਜੀ। ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਰੋਕਿਆ? ਉਹਨਾਂ ਨੇ ਰੋਕਿਆ, ਕਹਿੰਦੇ ਸਾਨੂੰ ਥੋੜ੍ਹਾ ਜਿਹਾ ਦੱਸਿਓ ਰਸਤਾ। ਉਹਨੇ ਸਾਨੂੰ ਰੋਕ ਲਿਆ, ਉਹਦੇ ਬਾਅਦ ਫਿਰ ਸਾਨੂੰ ਕਹਿਣ ਲੱਗੇ ਤੁਹਾਡੇ ਕੋਲ ਕੀ ਹੈ। ਮੈਂ ਤੁਹਾਡਾ ਇਹਦਾ ਮਤਲਬ ਕਿ ਜਿਹੜੀ ਲੁੱਟ ਖੋ ਆ, ਉਹਨਾਂ ਨੇ ਹਥਿਆਰ ਦੀ ਲੋਕ 'ਤੇ ਕੀਤੀ ਜਾਂ ਉੱਦਾਂ ਵੈਸੇ ਹੀ? ਹਥਿਆਰ ਸੀ ਉਹਨਾਂ ਕੋਲ। ਕਿਹੜੇ ਕਿਹੜੇ ਹਥਿਆਰ ਸੀ? ਦਾਤ ਜਿਹਾ ਕਾਫੀ ਸੀਗਾ, ਇੱਕ ਕਿਰਚ ਜਿਹੀ ਸੀਗੀ। ਠੀਕ ਹੈ, ਧੰਨਵਾਦ। ਇਹ ਕਿੰਨੇ ਕੁ ਕਦੋਂ ਕੋਈ ਵਾਰਦਾਤ? 12 ਵਜੇ। ਜਿਹੜੇ ਗਹਿਣੇ ਸੀ ਤੁਸੀਂ ਕਿਤੇ ਦੇਣ ਜਾ ਰਹੇ ਸੀ ਜਾਂ ਕਿਤੇ? ਕਿਹਦੇ ਸੀਗੇ ਇਹ? ਵਿਆਹ 'ਤੇ ਸੀ? ਵਿਆਹ ਪ੍ਰੋਗਰਾਮ ਸੀ ਜਾਂ ਕਿੱਦਾਂ ਸੀ? ਨਹੀਂ, ਅਸੀਂ ਜਾਣਾ ਸੀਗਾ ਜਿੱਦਾਂ ਹਜ਼ੂਰ ਸਾਹਿਬ ਨੂੰ ਜਾਣ ਦੀ ਤਿਆਰੀ ਸੀਗੀ। ਅੱਛਾ, ਅਸੀਂ ਕਿਹਾ ਵੀ ਨਾਨਕ ਪੁਰੀ ਤੋਂ ਬਾਹਰ ਚੱਲ ਜਾਂਦੇ ਪ੍ਰੋਗਰਾਮ, ਅਤੇ ਉਹਦੇ ਘਰ ਵਾਲੀ ਪੜ੍ਹਾਉਣ ਚੱਲ ਜਾਂਦੀ, ਫਿਰ ਇੱਥੇ ਘਰ ਰੱਖਣਾ ਮੁਸ਼ਕਿਲ ਹੈ। ਕਿਹੜੇ ਪਿੰਡ ਜਾ ਰਹੇ ਸੀ ਤੁਸੀਂ? ਗੜੀ। ਗੜੀ ਜਾ ਰਹੇ ਸੀ? ਉਹ ਕਿੰਨੇ ਜਾਣੇ ਸੀਗੇ? ਉਹ ਦੋ ਜਣੇ, ਇੱਕ ਤਕਰੀਬਨ 50 ਸਾਲ ਦਾ ਹੋਣਾ, ਇੱਕ